ਹੈਲੋ ਫਰੈਂਡ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਰੈਂਡ। ਪੋਸ਼ਨ ਟਰੈਕਟਰ ਵਿੱਚ ਇੱਕ ਨਿਊ ਅਪਡੇਟ ਆਇਆ ਵਾ, ਆਪਾਂ ਉਹਦੇ ਵੱਲੋਂ ਦੇਖਾਂਗੇ। ਸਾਰੀਆਂ ਭੈਣਾਂ ਜਿਹੜੀਆਂ ਆਪਣਾ ਜਿਹੜਾ ਪੋਸ਼ਨ ਟਰੈਕਟਰ ਆ ਉਹਨੂੰ ਅਪਡੇਟ ਕਰ ਲੈਣ। ਨਿਊ ਵਰਜ਼ਨ ਦਾ ਆਇਆ ਹੋਇਆ ਵਾ। ਪਹਿਲਾ ਆਪਸ਼ਨ ਆਪਣਾ ਡੇਲੀ ਬੇਸ, ਜਿਹੜੀ ਆਪਾਂ ਆਂਗਨਵਾੜੀ ਦੀ ਹਾਜ਼ਰੀ ਲਗਾਉਂਦੇ ਹਾਂ। ਪਿਕਚਰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇਹ ਆਪਣੀ ਜਿਹੜੀ ਆਪਾਂ ਡੇਲੀ ਕੰਮ ਕਰਦੇ ਹੈਗੇ ਹਾਂ ਉਹੀ ਆ। ਸੈਕਿੰਡ ਆਪਸ਼ਨ ਜਿਹੜਾ ਹੈਗਾ ਹੈ ਬੈਨੀਫਿਸ਼ਰੀ ਸਿਟੀਜ਼ਨ, ਠੀਕ ਹੈ। ਓ ਟੀ ਪੀ ਬੇਸਡ ਲੋਗਿਨ, ਆਪਾਂ ਇੱਥੇ ਫੋਨ ਨੰਬਰ ਪਾ ਕੇ ਅਤੇ ਆਪਾਂ ਇੱਥੇ ਲੋਗਿਨ ਹੋ ਜਾਣਾ ਸੈਕਿੰਡ ਵਾਲੇ ਆਪਸ਼ਨ 'ਤੇ। ਇੱਥੇ ਆਪਾਂ ਫੋਨ ਨੰਬਰ ਫਿਲ ਕਰਾਂਗੇ ਅਤੇ ਓ ਟੀ ਪੀ ਜਨਰੇਟ ਕਰਕੇ ਸਕਰੀਨ ਦੂਜੀ 'ਤੇ ਆਪਾਂ ਚਲੇ ਜਾਵਾਂਗੇ। ਫਰੈਂਡ, ਤੁਸੀਂ ਦੇਖ ਸਕਦੇ ਹੋ ਆਪਾਂ ਨਿਊ ਜਿਹੜਾ ਪੇਜ ਆ ਉੱਤੇ ਆਪਾਂ ਆ ਗਏ ਹਾਂ। ਇਹਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਪਣੇ 500 ਜਿਹੜੇ 5 ਮੰਥ ਦੇ ਬੱਚੇ ਹੈਗੇ ਆ ਉਹ ਆਪਾਂ ਨੂੰ ਦਿਖ ਰਹੇ ਆ। ਮੇਨ ਆਪਾਂ ਇਹਦੇ ਵਿੱਚ ਆਪਾਂ ਕੀ ਦੇਖਾਂਗੇ ਕਿ ਆਪਾਂ ਜਿਹੜੇ ਬੱਚੇ ਐਡ ਕਰਨੇ ਆ, ਠੀਕ ਆ, ਅਸੀਂ ਉਹ ਦੇਖਾਂਗੇ। ਫੋਨ ਨੰਬਰ ਮੈਂ ਆਪਣਾ ਹਾਈਡ ਕਰਤਾ ਹੈ ਕਿਉਂਕਿ ਯੂਟਿਊਬ 'ਤੇ ਵੀਡੀਓ ਚੜ੍ਹਨੀ ਹੁੰਦੀ ਆ, ਫਿਰ ਸਾਰਿਆਂ ਨੂੰ ਨੰਬਰ ਜਿਹੜਾ ਹੈ ਉਹ ਸ਼ੋ ਨਾ ਹੋਵੇ। ਫਰੈਂਡਸ, ਨੀਚੇ ਦੇਖੋ ਤੁਸੀਂ ਐਡ ਬੈਨੀਫਿਸ਼ਰੀ 'ਤੇ ਆਪਾਂ ਜਿਹੜਾ ਵਾ ਉਹਨੂੰ ਕਲਿੱਕ ਕਰਾਂਗੇ ਅਤੇ ਆਪਾਂ ਜਿਹੜੀ ਅਗਲੀ ਸਕਰੀਨ 'ਤੇ ਚਲੇ ਜਾਵਾਂਗੇ। ਉਸ ਤੋਂ ਆਪਾਂ ਬਾਅਦ ਜਿਹੜੀ ਆ ਸਕਰੀਨ ਜਿਹੜੀ ਆਪਣੀ ਆਈ ਆ ਐਕਸੈਪਟ ਐਂਡ ਕੰਟੀਨਿਊ 'ਤੇ ਆਪਾਂ ਕਲਿੱਕ ਕਰਾਂਗੇ, ਠੀਕ ਹੈ, ਅਤੇ ਅਗਲੀ ਸਕਰੀਨ 'ਤੇ ਜਾਵਾਂਗੇ। ਫਰੈਂਡ, ਤੁਸੀਂ ਦੇਖ ਸਕਦੇ ਹੋ ਆਪਾਂ ਅਗਲੀ ਸਕਰੀਨ 'ਤੇ ਆ ਗਏ ਹਾਂ। ਇਹਦੇ ਵਿੱਚ ਕੀ ਆ, ਪ੍ਰੈਗਨੈਂਟ ਆ, ਲੋਕੇਟਿੰਗ ਮਦਰਸ ਆ ਅਤੇ ਅਡਲਟ ਗਰਲਸ ਆ ਅਤੇ 6 ਸਾਲ ਦੇ ਬੱਚੇ ਆਪਾਂ ਜਿਹੜੇ ਆ ਇਹਦੇ ਵਿੱਚ ਐਡ ਕਰ ਸਕਦੇ ਹਾਂ, ਠੀਕ ਹੈ। ਆਪਾਂ ਜਿਹੜਾ ਇਹਦੇ ਵਿੱਚ ਕਰਾਂਗੇ ਆਪਾਂ ਅਡਲਟ ਜਿਹੜੀਆਂ ਗਰਲ ਆ ਆਪਾਂ ਉਹ ਹੀ ਐਂਟਰ ਕਰਾਂਗੇ ਕਿਉਂਕਿ ਆਪਾਂ ਨੂੰ ਉਹੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਆਪਾਂ ਨੂੰ ਕਾਪੀਆਂ 'ਤੇ ਕਰਨਾ ਪੈਂਦਾ ਵਾ, ਹੈ ਨਾ। ਇਹਦੇ ਵਿੱਚ ਆਪਾਂ ਨੂੰ ਐਡ ਤਾਂ ਕਰਨੀਆਂ ਪੈਣੀਆਂ, ਔਨਲਾਈਨ ਕੰਮ ਕਰਨਾ ਹੈ, ਅਤੇ ਆਪਾਂ ਇਹਦੇ ਵਿੱਚ ਜਿਹੜੀਆਂ ਅਡਲਟਸ ਜਿਹੜੀਆਂ ਗਰਲ ਆ ਆਪਾਂ ਐਡ ਕਰਾਂਗੇ। ਉਹ ਤੁਹਾਨੂੰ ਦੱਸੂਗੀ ਵੀ ਮੈਂ ਆਪਾਂ ਕਿੱਦਾਂ ਕਰਨੀਆਂ ਵਾ। ਗਰਲਸ ਦੇ ਉੱਪਰ ਮੈਂ ਆਪਾਂ ਟਿੱਕ ਲਗਾਇਆ ਵਾ, ਠੀਕ ਆ, ਅਤੇ ਗਰਲਸ ਦਾ ਜਿਹੜਾ ਆਪਸ਼ਨ ਖੁੱਲ੍ਹ ਗਿਆ ਵਾ, ਤੁਸੀਂ ਦੇਖ ਸਕਦੇ ਹੋ। ਨੀਚੇ ਸਟੇਟ, ਡਿਸਟ੍ਰਿਕਟ ਅਤੇ ਬਲੋਕ, ਵਾਰਡ ਨੰਬਰ ਜਾਂ ਵਿਲੇਜ ਆਪਾਂ ਸਾਰਾ ਜਿਹੜਾ ਆਪਾਂ ਫਿਲ ਕਰ ਲਵਾਂਗੇ। ਫਰੈਂਡਸ, ਤੁਸੀਂ ਦੇਖ ਪਾ ਰਹੇ ਹੋ ਅਸੀਂ ਸਟੇਟਸ, ਡਿਸਟ੍ਰਿਕਟ, ਬਲੋਕ ਨੰਬਰ, ਵਿਲੇਜ, ਆਂਗਨਵਾੜੀ ਸੈਂਟਰ। ਫਰੈਂਡਸ, ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਾਰਾ ਜਿਹੜਾ ਵਾ ਡਿਸਟ੍ਰਿਕਟ ਆਪਣਾ ਭਰ ਲਿਆ ਵਾ, ਅਤੇ ਬਲੋਕ ਆਦਮਪੁਰ ਆ, ਵਿਲੇਜ ਕੜਿਆਣਾ ਅਤੇ ਆਂਗਨਵਾੜੀ ਸੈਂਟਰ ਵੀ ਕੜਿਆਣਾ। ਇਸ ਤੋਂ ਬਾਅਦ ਫਰੈਂਡ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਾਂ ਨੀਚੇ ਹੈਗਾ ਵਾ ਇੱਕ ਫੋਟੋ ਆਪਾਂ ਜਿਹੜੀ ਆ ਬੱਚੇ ਦੀ ਖਿੱਚ ਕੇ ਲੜਕੀ ਦੀ ਆਪਾਂ ਇੱਥੇ ਅਪਡੇਟ ਕਰ ਦੇਣੀ ਆ, ਅਪਲੋਡ ਕਰ ਲੈਣੀ ਆ। ਫਰੈਂਡ, ਉਸ ਤੋਂ ਬਾਅਦ ਫੋਟੋ ਜਿਹੜੀ ਆਪਾਂ ਅਪਲੋਡ ਕਰਕੇ ਬੱਚੇ ਦੀ, ਉਸ ਤੋਂ ਬਾਅਦ ਆਧਾਰ ਨੰਬਰ ਉਸਦਾ, ਐਂਟਰ ਨੇਮ, ਨੇਮ ਇਨ ਲੋਕਲ ਲੈਂਗੁਏਜ ਹਿੰਦੀ, ਪੰਜਾਬੀ, ਇੰਗਲਿਸ਼ ਜੋ ਵੀ ਆ, ਡੇਟ ਆਫ ਬਰਥ, ਮਦਰ ਨੇਮ ਫਾਦਰ ਨੇਮ, ਠੀਕ ਹੈ। ਕੈਟਾਗਰੀ ਐੱਸ ਸੀ, ਪਰਮਾਨੈਂਟ, ਟੈਂਪਰੇਰੀ, ਕਿਰਾਏ ਵਾਲੇ ਵੀ ਆਪਾਂ ਭਰ ਸਕਦੇ ਹਾਂ ਜਿਹੜੇ ਆਪਣੇ ਪਿੰਡ ਆਣ ਕੇ ਕਿਰਾਏ 'ਤੇ ਰਹਿਣ ਲੈ ਪੈਂਦੇ ਆ ਉਹਨੂੰ ਟੈਂਪਰੇਰੀ 'ਚ ਪਾਵਾਂਗੇ।
ਫਿਰ ਉਹਦਾ ਕਰੰਟ ਜਿਹੜਾ ਵੇਟ ਹਾਈਟ ਹੈ ਆਪਾਂ ਸਾਰਾ ਕੁਛ ਉਹ ਵੀ ਫਿਲ ਕਰਕੇ ਇੱਥੇ ਆਪਾਂ ਜਿਹੜਾ ਵਾ ਉਹਨੂੰ ਸਬਮਿਟ 'ਤੇ ਕਲਿੱਕ ਕਰਾਂਗੇ। ਸਬਮਿਟ 'ਤੇ ਆਪਾਂ ਕਲਿੱਕ ਕਰ ਦੇਣਾ ਉਹਨੂੰ, ਠੀਕ ਆ। ਅਤੇ ਇਹ ਜਿਹੜੀ ਆਪਣੀ ਕਿਸ਼ੋਰੀ ਜਿਹੜੀ ਆ ਐਡ ਹੋ ਜਾਏਗੀ, ਠੀਕ ਆ। ਜਿਹੜੇ 6 ਤੋਂ ਆਪਾਂ ਜਿਹੜੇ ਉੱਪਰ ਬੱਚੇ ਜਿਹੜੇ ਐਂਟਰ ਕਰਨੇ ਹੈਗੇ ਆ, ਉਹਦਾ ਰੀਜ਼ਨ ਆਪਾਂ ਨੂੰ ਇਹ ਆ ਕਿ ਜਿਹੜੀਆਂ ਕਿਸ਼ੋਰੀਆਂ ਕੁੜੀਆਂ ਹੋਣਗੀਆਂ ਉਹ ਆਪਣੇ ਆਪ ਹੀ ਇੱਧਰ ਜਿਹੜੀਆਂ ਐਂਟਰ ਹੋਈ ਜਾਣਗੀਆਂ। ਇੱਕ ਵਾਰੀ ਆਪਾਂ ਨੂੰ ਫਿਲ ਕਰਨਾ ਪਊਗਾ, ਹੁਣ ਬਾਅਦ ਵਿੱਚ ਉਹ ਆਪਣੇ ਆਪ ਫਿਲ ਹੋ। ਇੱਕ ਵਾਰੀ ਫਰੈਂਡ ਆਪਾਂ ਨੂੰ ਇਹ ਜਿਹੜਾ ਵਾ ਸਾਰਾ ਆਪਾਂ ਨੂੰ ਸਰਵੇ ਕਰਨਾ ਪਵੇਗਾ, ਇਹਦੇ ਵਿੱਚ ਫਿਲ ਕਰਨਾ ਪਵੇਗਾ। ਬਾਅਦ ਵਿੱਚ ਆਪਾਂ 6 ਵਾਲੇ ਬੱਚੇ ਐਂਟਰ ਕਰਾਂਗੇ, ਜਿਹੜੇ 6 ਤੋਂ ਉੱਪਰ ਹੈਗੇ ਆ ਸਾਰੇ, 6 ਤੋਂ ਲੈ ਕੇ। ਉਹਦਾ ਆਪਾਂ ਨੂੰ ਬੈਨੀਫਿਟਸ ਇਹ ਮਿਲਣਗੇ ਕਿ ਹੁਣ ਜਿਹੜਾ 6 ਸਾਲ ਤੋਂ ਕੁੜੀਆਂ ਉੱਪਰ ਹੋਣਗੀਆਂ, 11 ਤੋਂ 18 ਸਾਲ ਦੀਆਂ ਆਪਾਂ ਅਡਲਟਸ ਗਰਲ ਲੈਂਦੇ ਹੈਗੇ ਹਾਂ, ਅਤੇ ਉਹ ਜਿਹੜੀਆਂ ਆਪਣੇ ਆਪ ਹੀ ਇਹਨੇ ਕੰਪਿਊਟਰ ਨੇ ਚੱਕ ਕੇ ਅਤੇ ਅਡਲਟਸ ਗਰਲ ਵਿੱਚ ਉਹਨੇ ਪਾਲਿਆ ਕਰੇਗਾ। ਇਸ ਕਰਕੇ ਆਪਾਂ ਨੂੰ ਜਿਹੜੇ 6 ਵਾਲੇ ਬੱਚੇ ਆ ਉਹ ਵੀ ਆਪਾਂ ਬਾਅਦ ਵਿੱਚ ਇਹਦੇ ਵਿੱਚ ਐਂਟਰ ਕਰ ਲਾਂਗੇ। ਓਕੇ ਫਰੈਂਡ, ਥੈਂਕ ਯੂ।